ਜੀ ਅਸਲਾਮ ਅਲੈਕਮ, ਤੁਸੀਂ ਵੇਖਦੇ ਪਏ ਹੋ ਕਿ ਸਾਡੇ ਨਾਲ ਇੱਕ ਬਹੁਤ ਹੀ ਖੂਬਸੂਰਤ ਚਿਹਰਾ, ਮਾਸ਼ਾਅੱਲਾ। ਤੁਸੀਂ ਇਸ ਚਿਹਰੇ ਤੋਂ ਕੋਈ ਛੁਪੇ ਨਹੀਂ, ਤੁਸੀਂ ਇਸ ਚਿਹਰੇ ਨੂੰ ਅੱਗੇ ਵੀ ਸੋਸ਼ਲ ਮੀਡੀਆ ਤੇ, ਯੂਟਿਊਬ ਤੇ, ਇੰਸਟਾਗ੍ਰਾਮ ਤੇ, ਮੁਖਤਲਿਫ ਪਲੇਟਫਾਰਮਾਂ ਤੇ ਤੁਸੀਂ ਵੇਖਦੇ ਰਹਿੰਦੇ ਹੋ, ਜਿਨ੍ਹਾਂ ਦਾ ਨਾਮ ਹੈ ਮਾਸ਼ਾਅੱਲਾ। ਇਹ ਕਿਸੇ ਤਾਰਫ ਦੇ ਮੁਤਾਜ ਤਾਂ ਨਹੀਂ, ਲੇਕਿਨ ਮੈਂ ਫਿਰ ਵੀ ਤਾਰਫ ਕਰਵਾਉਂਦਾ ਜਾਵਾਂ। ਇਹਨਾਂ ਦਾ ਨਾਮ ਹੈ ਸਿੰਗਰ ਮੁਸਕਾਨ ਸ਼ਹਿਜ਼ਾਦੀ, ਤੇ ਇਹਨਾਂ ਦੀ ਇਹ ਬੜੀ ਮਿਹਰਬਾਨੀ ਕਿ ਇਹਨਾਂ ਨੇ ਸਾਨੂੰ ਆਪਣੇ ਚੈਨਲ ਤੇ ਟਾਈਮ ਦਿੱਤਾ ਹੈ। ਬਹੁਤ ਬਹੁਤ ਵੈਲਕਮ ਕਰਨੇ ਆ ਇਹਨਾਂ ਨੂੰ, ਤੇ ਸਭ ਤੋਂ ਪਹਿਲੇ ਇਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਨੇ ਆ, ਤਾਂ ਕਿ ਜਿਹੜੇ ਸਾਡੇ ਵਿਊਵਰ ਨੇ ਉਹਨਾਂ ਨੂੰ ਵੀ ਪਤਾ ਚੱਲੇ ਕਿ ਮੈਡਮ ਹਰੀ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਨੇ, ਤੇ ਇਹਨਾਂ ਦੇ ਜਿਹੜੇ ਪਾਪੂਲਰ ਗਾਣੇ ਨੇ ਜਿਹੜੇ ਮਾਸ਼ਾਅੱਲਾ ਤੁਸੀਂ ਟੀਪੀ ਗੋਲਡ ਤੇ ਯੂਟਿਊਬ ਤੇ ਤੁਸੀਂ ਸਰਚ ਕਰਕੇ ਸੁਣੇ ਨੇ, ਤੇ ਉਹ ਇਹਨਾਂ ਕੋਲੋਂ ਪੁੱਛਣੇ ਆ ਕਿ ਇਹਨਾਂ ਦੇ ਸਭ ਤੋਂ ਜ਼ਿਆਦਾ ਜਿਹੜੇ ਵਾਇਰਲ ਮਸ਼ਹੂਰ ਗਾਣੇ ਨੇ ਉਹ ਕਿਹੜਾ ਕਿਹੜਾ ਨੇ। ਅਸਲਾਮੁ ਅਲੈਕਮ ਜੀ। ਵਾਲੇਕੁਮ ਅਸਲਾਮ। ਸਭ ਤੋਂ ਪਹਿਲੇ ਤਾਂ ਤੁਹਾਨੂੰ ਅਸੀਂ ਵੈਲਕਮ ਕਰਨੇ ਆ ਆਪਣੇ ਇਸ ਚੈਨਲ ਤੇ, ਤੇ ਤੁਹਾਡੀਆਂ ਮੁਹੱਬਤਾਂ ਦਾ ਸ਼ੁਕਰੀਆ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਉਸ ਤੋਂ ਬਾਅਦ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ, ਆਪਣਾ ਜਿਹੜਾ ਬੇਸਿਕਲੀ ਸ਼ਹਿਰ ਹੈ ਕਿਹੜੀ ਜਗ੍ਹਾ ਤੇ, ਰਹਿਸ਼ ਤੁਹਾਡੀ ਕਿਹੜੀ ਜਗ੍ਹਾ ਤੇ? ਜੀ, ਸਾਡਾ ਸ਼ਹਿਰ ਬਹੁਤ ਹੀ ਮਸ਼ਹੂਰ ਮਰੂਫ ਪਿੰਡੀ ਬੱਟੀਆਂ। ਮਾਸ਼ਾਅੱਲਾ ਪਿੰਡੀ ਬੱਟੀਆਂ, ਇਹ ਤਾਂ ਆਪਣੇ ਇਲਾਕੇ ਦੇ ਨੇ ਮਾਸ਼ਾਅੱਲਾ, ਜਿਹੜੇ ਹਾਂਜੀ ਪਿੰਡੀ ਬੱਟੀਆਂ ਵਾਲੇ ਦੋਸਤ ਨੇ ਪਈ ਜਾਣ, ਤੁਸੀਂ ਸਪੈਸ਼ਲੀ ਕਮੈਂਟਸ ਕਰਕੇ ਲਾਈਕ ਕਰਕੇ ਜਾਣਾ, ਐਵੇਂ ਖਾਲੀ ਨਹੀਂ ਜਾਣਾ। ਤੇ ਜਿਹੜੇ ਸਾਡੇ ਦੋਸਤ ਆਊਟ ਸਿਟੀ ਚੋਂ ਮਿਸਾਲ ਦੇ ਤੌਰ ਤੇ ਕਿਸੇ ਹੋਰ ਸ਼ਹਿਰ ਤੋਂ ਵੇਖ ਰਹੇ ਨੇ, ਬਾਈ ਤੁਸੀਂ ਵੀ ਮੁਹੱਬਤਾਂ ਇਨਸ਼ਾਅੱਲਾ ਜ਼ਰੂਰ ਦੇਣੀਆਂ ਨੇ ਇਹਨਾਂ ਨੂੰ। ਤੇ ਆਪਣਾ ਇਹ ਦੱਸੋ ਕਿ ਟੀਪੀ ਗੋਲਡ ਤੇ ਜਾਂ ਵੈਸੇ ਯੂਟਿਊਬ ਤੇ ਜਾਂ ਕਿਸੇ ਵੀ ਪਲੇਟਫਾਰਮ ਤੇ ਇੱਕ ਤੁਹਾਡਾ ਨਾਮ ਹੈ ਮਾਸ਼ਾਅੱਲਾ, ਤੇ ਤੁਹਾਡੇ ਜਿਹੜੇ ਵਾਇਰਲ ਗਾਣੇ ਨੇ, ਮਸ਼ਹੂਰ ਗਾਣੇ ਨੇ, ਉਹਨਾਂ 'ਚੋਂ ਕਿਹੜਾ ਕਿਹੜਾ ਗਾਣਾ ਐਸਾ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਅੱਛਾ ਲੱਗਦਾ ਹੈ, ਉਹ ਸਾਨੂੰ ਦੱਸੋ। ਟੀਪੀ ਗੋਲਡ ਤੇ ਮੈਨੂੰ ਜਿਹੜਾ ਜ਼ਿਆਦਾ ਪਸੰਦ ਹੈ ਉਹ ਹੈ ਵੇ ਕਿ ਦਿਲ ਨਾਲ ਕਿਸੇ ਦੇ ਲਾਉਣਾ ਨੇ। ਮਾਸ਼ਾਅੱਲਾ, ਮੈਂ ਥੋੜ੍ਹਾ ਜਿਹਾ ਤੁਹਾਨੂੰ ਗੁਣਗੁਣਾ ਕੇ ਸੁਣਾਉਂਦੀ ਹਾਂ। ਐ ਜੀ ਮੁਹੱਬਤਾਂ ਸਪੈਸ਼ਲੀ, ਹਾਂਜੀ। ਤੁਸੀਂ ਥੋੜ੍ਹਾ ਜਿਹਾ ਗਾਣੇ ਨੂੰ ਮਹਿਸੂਸ ਵੀ ਕਰਨਾ ਹੈ ਤੇ ਜ਼ਰਾ ਦੱਸਣਾ ਸਾਨੂੰ। ਹਾਂਜੀ, ਕਿਉਂਕਿ ਉਹ ਅੱਜ ਕੱਲ੍ਹ ਦੇ ਦੌਰ ਦੇ ਮੁਤਾਬਿਕ ਹੈ ਨਾ, ਕਿ ਅੱਜ ਕੱਲ੍ਹ ਦਿਲ ਨਹੀਂ ਲਾਉਣਾ ਚਾਹੀਦਾ, ਅੱਜ ਕੱਲ੍ਹ ਦਾ ਮਾਹੌਲ ਖਰਾਬ ਹੈ। ਮਾਹੌਲ ਤਾਂ ਫਿਰ ਵਕਤ ਨੇ ਇਸ ਤਰ੍ਹਾਂ ਦਾ ਕਰ ਦਿੱਤਾ ਕਿ ਅੱਜ ਹਰ ਬੱਚੇ ਦੇ ਹੱਥ 'ਚ ਮੋਬਾਈਲ ਹੈ ਟੱਚ, ਤੇ ਹਰ ਬੱਚੇ ਹੀ ਜਿਹੜਾ ਹੈ ਇਸ ਸ਼ੋਬੇ 'ਚ ਤਕਰੀਬਨ ਹੈ ਵੇ। ਸਾਨੂੰ ਥੋੜ੍ਹਾ ਜਿਹਾ ਸੁਣਾਓ ਨਾ। ਜੀ ਜੀ ਜ਼ਰੂਰ। ਦਿਲ ਨਾਲ ਕਿਸੇ ਦੇ ਲਾਵਣਾ ਨਹੀਂ ਹੋਇਆ ਸਾਂ, ਆਪਣਾ ਆਪ ਰੋਲਾਵਣਾ ਨਹੀਂ। ਦਿਲ ਨਾਲ ਕਿਸੇ ਦੇ ਲਾਵਣਾ ਨਹੀਂ ਹੋਇਆ ਸਾਂ, ਆਪਣਾ ਆਪ ਰੋਲਾਵਣਾ ਨਹੀਂ। ਇਹ ਦੁਨੀਆ ਸਾਰੀ ਧੋਖੇ ਦੀ ਹੋਏ, ਦੁਨੀਆ ਸਾਰੀ ਧੋਖੇ ਦੀ, ਇਹਦੇ ਧੋਖੇ ਦੇ ਵਿੱਚ ਆਵਣਾ ਨਹੀਂ ਹੋਇਆ ਸਾਂ, ਆਪਣਾ ਪਰੋਲਾਵਣਾ ਨਹੀਂ। ਦਿਲ ਨਾਲ ਕਿਸੇ ਦੇ ਲਾਵਣਾ ਨਹੀਂ ਹੋਇਆ ਸਾਂ, ਆਪਣਾ ਪਰੋਲਾਵਣਾ ਨਹੀਂ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਇਹ ਤੁਸੀਂ ਸਾਨੂੰ ਵਿਵਰ ਦੱਸਣਾ ਹੈ ਕਿ ਮੈਡਮ ਦੀ ਆਵਾਜ਼ ਤੁਹਾਨੂੰ ਬਗੈਰ ਮਿਊਜ਼ਿਕ ਤੋਂ ਮਾਸ਼ਾਅੱਲਾ ਕੈਸੀ ਲੱਗੀ ਹੈ? ਬਗੈਰ ਮਿਊਜ਼ਿਕ ਤੋਂ ਹੀ ਇਤਨਾ ਸੋਹਰੇ, ਤੇ ਜਦੋਂ ਮਿਊਜ਼ਿਕ ਹੋਏਗਾ ਬੈਕਗ੍ਰਾਉਂਡ ਤੇ ਤੁਸੀਂ ਸੁਣਦੇ ਹੀ ਰਹਿੰਦੇ ਹੋ ਮਾਸ਼ਾਅੱਲਾ। ਤੇ ਮੈਡਮ ਜੀ, ਇਹ ਸਾਨੂੰ ਦੱਸੋ ਕਿ ਸਾਡੇ ਜਿਹੜੇ ਵਿਊਵਰਸ ਨੇ ਉਹ ਪੁੱਛ ਰਹੇ ਨੇ ਕਿ ਤੁਹਾਡਾ ਜਿਹੜਾ ਉਸਤਾਦ ਹੈ ਮੋਹਤਰਮ ਜਿਹੜੇ ਨੇ ਉਹ ਕਿਹੜੇ ਨੇ, ਕਿਹਨਾਂ ਕੋਲੋਂ ਤੁਸੀਂ ਇਹ ਗਾਇਕੀ ਦਾ ਵੱਲ ਸਿੱਖਿਆ ਹੈ? ਅੱਛਾ ਅੱਛਾ। ਤੇ ਉਹ ਕਿਹੜੇ ਐਡੇ ਮੋਜ਼ਜ਼ ਸ਼ਖਸੀਅਤ ਹੈ ਕਿ ਜਿਹਨਾਂ ਕੋਲੋਂ ਤੁਸੀਂ ਮਾਸ਼ਾਅੱਲਾ ਇੱਕ
ਹੀਰਾ ਬਣਿਆ ਸਾਡੇ ਕੋਲ, ਹੀਰਾ ਮੌਜੂਦ ਨੇ, ਤਰਾਸ਼ ਕੇ ਉਹਨਾਂ ਨੇ ਸਾਨੂੰ ਦਿੱਤਾ। ਜੀ ਜੀ ਜ਼ਰੂਰ। ਮੇਰੀ ਵੈਸੇ ਰੂਹਾਨੀ ਜੋ ਹੈ ਨਾ ਉਸਤਾਦ, ਉਹ ਮੈਡਮ ਨੂਰ ਜੈਨ, ਮਾਸ਼ਾਅੱਲਾ। ਤੇ ਦੁਨਿਆਵੀ ਜਿਹੜਾ ਨਾ ਮੈਡਮ ਫਰਾ ਲਾਲ ਹਨ। ਠੀਕ ਹੈ, ਮਾਸ਼ਾਅੱਲਾ ਜੀ। ਫਰਾ ਲਾਲ ਤੇ ਮੈਡਮ ਨੂਰ ਜੈਨ ਇੱਕ ਬ੍ਰਾਂਡ ਨੇ, ਉਹਨਾਂ ਦਾ ਨਾਮ ਜਿਹੜਾ ਤਕਰੀਬਨ ਸਮਝ ਲਓ ਪੂਰੀ ਦੁਨੀਆ 'ਤੇ ਇੱਕ ਗੂੰਜ ਇੱਕ ਨਾਮ ਦੀ। ਮੈਡਮ ਨੂਰ ਜਾਂ ਮਾਸ਼ਾਅੱਲਾ ਅੱਲਾਹ ਤਾਲਾ ਨੂੰ ਜੰਨਤ 'ਚ ਆਲਾ ਤੋਂ ਆਲਾ ਮੁਕਾਮ ਦੇਵੇ, ਉਹਨਾਂ ਦਾ ਇੱਕ ਪੂਰੀ ਦੁਨੀਆ 'ਤੇ ਨਾਮ ਨੇ। ਸਾਡੇ ਜਿਹੜੇ ਇਸ ਵਕਤ ਦੇ ਜਿਹੜੇ ਪਾਪੂਲਰ ਸਿੰਗਰ ਨੇ, ਉਹ ਬਿਲਕੁਲ ਉਹਨਾਂ ਨੂੰ ਲਾਜ਼ਮੀ ਫੋਲੋ ਕਰਦੇ ਨੇ, ਜਿਸ ਤਰ੍ਹਾਂ ਸਾਡੀ ਮੈਡਮ ਕਰ ਰਹੇ ਨੇ। ਅਤੇ ਮੈਡਮ ਜੀ, ਉਹਨਾਂ ਦਾ ਜਿਹੜਾ ਕੋਈ ਮਸ਼ਹੂਰ ਗਾਣਾ ਮੈਡਮ ਨੂਰ ਜਾਂ ਦਾ ਜਿਹੜਾ ਤੁਹਾਨੂੰ ਜ਼ਿਆਦਾ ਪਸੰਦ ਹੈ, ਜਿਹੜਾ ਤੁਸੀਂ ਗਾਣਾ ਚਾਹੁੰਦੇ ਹੋ ਜਾਂ ਗੁਣਗੁਣਾਇਆ ਹੋਵੇ ਕਿਸੇ ਪਲੇਟਫਾਰਮ 'ਤੇ? ਮੈਡਮ ਨੂਰ ਜਾਂ ਦਾ ਮੈਨੂੰ ਬਹੁਤ ਹੀ ਅੱਛਾ, ਸ਼ਾਇਦ ਆਵਾਮ ਨੂੰ ਪਸੰਦ ਆਵੇ ਨਾ ਆਵੇ, ਲੇਕਿਨ ਮੈਨੂੰ ਬਹੁਤ ਅੱਛਾ ਲੱਗਦਾ ਵੇ, ਬਹੁਤ ਹੀ ਪਿਆਰਾ ਸੌਂਗ ਹੈ। ਹੋਣੀ ਤਾਂ ਦਿਲ ਦੀ ਆਵਾਜ਼ ਹੀ ਚਾਹੀਦੀ। ਹਾਂਜੀ, ਉਹ ਹੈ ਵੇ ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ, ਵੇ ਬੇਈਮਾਨਾ ਵੇ ਹਰ ਜਾਈ, ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ, ਕਿੱਥੇ ਨੇ ਉਹ ਸ਼ਾਮਾ ਕਿੱਥੇ ਗਏ ਹੋ ਸਵੇਰੇ ਵੇ, ਪਲ ਵੇ ਨੇ ਲੰਘੇ ਦਾਸੀ ਤੇਰਾ ਬਿਨ ਮੇਰੇ ਵੇ, ਅੱਜ ਮੈਨੂੰ ਤੱਕ ਦਾਏ ਅੱਜ ਮੈਨੂੰ ਤੱਕ ਦਾਏ, ਜਿਵੇਂ ਮੈਂ ਪਰਾਈ ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ, ਪਰੇਸ਼ਾਨ ਚਿਹਰੇ ਦੀ ਤੂੰ ਪੜ੍ਹ ਲੈ ਕਿਤਾਬ ਵੇ, ਵੇਖ ਮੁਰਝਾਏ ਕਿਵੇਂ ਹੋਠਾਂ ਦੇ ਗੁਲਾਬ ਵੇ, ਕਜਿਲਾ ਨੀ ਪਾਇਆ ਨਾ ਮੈਂ ਕਜਿਲਾ ਨੀ ਪਾਇਆ ਨਾ ਮੈਂ, ਗੁੱਤਕ ਦੀਵਾਈ ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ, ਵੇ ਬੇਈਮਾਨਾ ਵੇ ਹਰ ਜਾਈ, ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ। ਵਾਹ ਜੀ ਵਾਹ, ਮਾਸ਼ਾਅੱਲਾ, ਜ਼ਬਰਦਸਤ। ਵਿਊਵਰਸ, ਤੁਸੀਂ ਦੱਸਣਾ ਹੈ ਜਿਹੜੇ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਕਿ ਇਹ ਗਾਣਾ ਕਿਹੜੇ ਕਿਹੜੇ ਬੰਦੇ ਦਾ ਫੇਵਰੇਟ ਹੈ, ਉਸਨੇ ਲਾਜ਼ਮੀ ਕਮੈਂਟਸ 'ਚ ਸਾਨੂੰ ਦੱਸਣਾ। ਅਤੇ ਮਜ਼ੀਦ ਅੱਗੇ ਆਪਣੇ ਇੰਟਰਵਿਊ ਨੂੰ ਲੈ ਕੇ ਚੱਲਦੇ ਹਾਂ, ਮੈਡਮ ਕੋਲੋਂ ਪੁੱਛਦੇ ਹਾਂ ਕਿ ਇਹ ਕਿਆ ਪ੍ਰੋਫੈਸ਼ਨਲ ਲੈਵਲ ਤੋਂ ਹਟ ਕੇ ਹੋਰ, ਮਤਲਬ ਵੀ ਕਿਸੇ ਜਗ੍ਹਾ 'ਤੇ ਅਗਰ ਕੋਈ ਦੋਸਤ ਇਹਨਾਂ ਨੂੰ ਆਪਣੇ ਕਿਸੇ ਵੀ ਫੰਕਸ਼ਨ 'ਤੇ ਇਨਵਾਈਟ ਕਰਨਾ ਚਾਹੁੰਦਾ ਹੈ, ਅਤੇ ਉਹਨਾਂ ਬਾਰੇ ਪੁੱਛਦੇ ਹਾਂ ਕਿ ਕੋਈ ਦੋਸਤ ਅਗਰ ਸਾਨੂੰ ਵੇਖ ਰਿਹਾ ਹੈ ਅਤੇ ਉਹਦਾ ਦਿਲ ਕਰ ਰਿਹਾ ਕਿ ਭਾਈ ਅਸੀਂ ਮੈਡਮ ਹਰਾਂ ਨੂੰ ਆਪਣੇ ਕਿਸੇ ਵੀ ਫੰਕਸ਼ਨ 'ਤੇ ਬੁਲਾਉਣਾ ਚਾਹ ਰਹੇ ਹਾਂ, ਤਾਂ ਉਸ ਦੇ ਬਾਰੇ ਪੁੱਛਦੇ ਹਾਂ ਮੈਡਮ ਜੀ ਕਿ ਤੁਸੀਂ ਇਹ ਦੱਸੋ ਕਿ ਅਗਰ ਕੋਈ ਦੋਸਤ ਤੁਹਾਨੂੰ ਆਪਣੇ ਕਿਸੇ ਫੰਕਸ਼ਨ 'ਤੇ ਬੁਲਾਉਣਾ ਚਾਹੁੰਦਾ ਤਾਂ ਤੁਸੀਂ ਕਿਆ ਟਾਈਮ ਦੇ ਸਕਦੇ ਹੋ? ਜੀ ਜੀ ਜ਼ਰੂਰ, ਕਿਉਂਕਿ ਜ਼ਿਆਦਾਤਰ ਮਤਲਬ ਮੇਰਾ ਇਹ ਸ਼ੌਕ ਹੁੰਦਾ ਹੈ ਕਿ ਮੈਂ ਸ਼ਾਦੀ ਵਿਆਹ 'ਚ ਜਾ ਕੇ ਜਾਨ ਪਾ ਦੇਵਾਂ। ਵਾਹ ਜੀ ਵਾਹ, ਮਾਸ਼ਾਅੱਲਾ, ਖੁਸ਼ੀਆਂ ਨੂੰ ਦੁਬਾਲਾ ਕਰਵਾਉਣ ਵਾਸਤੇ ਭਾਈ ਇਹ ਚੀਜ਼ ਨੋਟ ਕਰ ਲਓ ਕਿ ਮੈਡਮ ਹਰੀ ਕਹਿ ਰਹੀਆਂ ਨੇ ਅਗਰ ਕੋਈ ਦੋਸਤ ਸਾਨੂੰ ਆਪਣੀਆਂ ਖੁਸ਼ੀਆਂ ਦੇ ਮੌਕੇ ਤੇ ਬੁਲਾਉਣਾ ਚਾਹੁੰਦਾ ਤਾਂ ਅਸੀਂ ਇਨਸ਼ਾਅੱਲਾ ਜ਼ਰੂਰ ਹਾਜ਼ਰ ਹੋਵਾਂਗੇ, ਜ਼ਰੂਰ ਹਾਜ਼ਰ ਹੋ ਜਾਵਾਂਗੇ, ਕਿਉਂਕਿ ਸਾਡੇ ਸਿੰਗਰਾਂ ਦਾ ਮਕਸਦ ਇਹ ਹੁੰਦਾ ਹੈ ਕਿ ਅਗਲਿਆਂ ਦੀ ਖੁਸ਼ੀ ਨੂੰ ਦੁਬਾਲਾ ਕਰਨਾ। ਬੇਸ਼ੱਕ ਬੇਸ਼ੱਕ, ਖਾਲੀ ਯੂਟਿਊਬ ਤੇ ਨਹੀਂ, ਸ਼ਾਦੀ ਵਿਆਹ ਦੇ ਮੌਕੇ ਤੇ ਮਹਿੰਦੀ ਦੁਬਾਲਾ ਕਰਨੀ ਚਾਹੀਦੀ ਵੇ। ਵਾਹ ਜੀ ਵਾਹ।
ਲਓ ਜੀ ਮੈਡਮ ਮਰੀ, ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਮੈਡਮ ਮਰੀ ਤੁਹਾਡੀਆਂ ਖੁਸ਼ੀਆਂ ਨੂੰ ਦੁਬਾਲਾ ਕਰਨ, ਤੁਹਾਡੀਆਂ ਖੁਸ਼ੀਆਂ ਦੇ ਵਿੱਚ ਮਜ਼ੀਦ ਖੁਸ਼ੀਆਂ ਲੈ ਕੇ ਆਉਣ, ਤਾਂ ਤੁਸੀਂ ਮੈਡਮ ਮਰਾਂ ਨੂੰ ਬਈ ਜਾਣ ਆਪਣੇ ਕਿਸੇ ਵੀ ਈਵੈਂਟ 'ਤੇ ਇੱਕ ਦਫ਼ਾ ਜ਼ਰੂਰ ਇਨਵਾਈਟ ਕਰਨਾ ਹੈ। ਅਤੇ ਇਹ ਮੇਰਾ ਮਸ਼ਵਰਾ ਜੇ ਕਿ ਜਦੋਂ ਤੁਸੀਂ ਇਨਵਾਈਟ ਕਰੋਗੇ ਇਨਸ਼ਾਅੱਲਾ ਤੁਸੀਂ ਯਾਦ ਕਰੋਗੇ ਕਿ ਬਈ ਜਾਣ ਕਿਸੇ ਅੱਛੇ ਸਿੰਗਰ ਨੂੰ ਬੁਲਾਇਆ ਸੀ। ਅਤੇ ਮੈਡਮ ਜੀ ਇਸ ਤੋਂ ਇਲਾਵਾ ਸਾਨੂੰ ਕੋਈ ਜਿਹੜੇ ਦੋਸਤ ਵੇਖ ਰਹੇ ਨੇ ਉਹ ਚਾਹ ਰਹੇ ਨੇ ਕਿ ਇੱਕ ਦੋ ਗਾਣੇ ਜਿਹੜੇ ਤੁਹਾਡੇ ਅੱਛੇ ਅੱਛੇ ਹੈ ਦੋ ਦੋ ਬੋਲ ਜ਼ਰਾ ਸਾਨੂੰ ਸੁਣਾ ਦਿਓ। ਅੱਛਾ, ਇੱਕ ਮੇਰਾ ਗਾਣਾ ਹੈ ਬੇਰਾ ਪ੍ਰੋਡਕਸ਼ਨ 'ਤੇ, ਬੇਰਾ ਪ੍ਰੋਡਕਸ਼ਨ 'ਤੇ, ਲੇਕਿਨ ਉਹ ਗਾਣਾ ਮੇਰਾ ਬਹੁਤ ਫੇਵਰੇਟ ਸੀ। ਅੱਛਾ, ਅਤੇ ਬਸ ਉਹਨਾਂ ਦੀ ਰਿਕੁਐਸਟ ਸੀ ਤਾਂ ਵਾਸਤੇ ਉੱਧਰ ਦਿੱਤਾ, ਨਹੀਂ ਤਾਂ ਟੀਪੀ ਨੂੰ ਦੇਣਾ ਸੀ। ਮਾਸ਼ਾਅੱਲਾ, ਟੀਪੀ ਇੱਕ ਬ੍ਰਾਂਡ ਹੈ। ਹਾਂਜੀ, ਅਤੇ ਉਹ ਗਾਣਾ ਹੈ ਜਨਾਬ, ਉਹਦੇ ਮੈਂ ਤੁਹਾਨੂੰ ਦੋ ਬੋਲ ਸੁਣਾਉਂਦੀ ਹਾਂ। ਹਾਂਜੀ। ਕਈ ਵਾਰ ਬੁਲਾਇਆ ਹੈ ਮਾਇਆਵਤ ਯਾਦ ਆਵੈਂਦੇ, ਕਈ ਵਾਰ ਬੁਲਾਇਆ ਹੈ ਮਾਇਆਵਤ ਯਾਦ ਆਵੈਂਦੇ, ਨਿਤ ਜ਼ਖਮੀ ਉਦਾਸੀਆਂ ਦੇ, ਨਿਤ ਜ਼ਖਮੀ ਉਦਾਸੀਆਂ ਦੇ, ਉਹ ਮੈਂਡੇ ਦਿਲ ਤੇ ਲਾਵੈਂਦੇ। ਕਈ ਵਾਰ ਬੁਲਾਇਆ ਹੈ ਮਾਇਆਵਤ ਯਾਦ ਆਵੈਂਦੇ। ਅਗਰ ਕਿਸੇ ਨੇ ਵੀ ਸੁਣਨਾ ਹੋਵੇ ਤਾਂ ਬੇਰਾ ਪ੍ਰੋਡਕਸ਼ਨ ਤੋਂ ਇਹ ਗਾਣਾ ਕੱਢ ਕੇ ਸੁਣ ਸਕਦੇ ਨੇ। ਭਾਈ ਜਾਨ, ਯੂਟਿਊਬ ਦੇ ਉੱਤੇ ਇੱਕ ਚੈਨਲ ਹੈ ਬੇਰਾ ਪ੍ਰੋਡਕਸ਼ਨ, ਅਗਰ ਕਿਸੇ ਦੋਸਤ ਨੇ ਇਹ ਗਾਣਾ ਸੁਣਨਾ ਹੋਵੇ ਤਾਂ ਉੱਥੋਂ ਜਾ ਕੇ ਯੂਟਿਊਬ 'ਤੇ ਸਰਚ ਕਰਕੇ ਮੁਕੰਮਲ ਗਾਣਾ ਮੁਕੰਮਲ ਸੁਣ ਸਕਦਾ ਹੈ। ਇਹ ਨਹੀਂ ਪਰੇਸ਼ਾਨ ਹੋਣਾ ਕਿ ਮੈਡਮ ਵਰੀ ਸਿਰਫ ਦੋ ਬੋਲ ਸੁਣਾਏ ਨੇ ਸਾਨੂੰ, ਗਾਣਾ ਤਾਂ ਪਸੰਦ ਆਇਆ ਤੇ ਹੁਣ ਕੀ ਕਰੀਏ, ਗਾਣਾ ਲੱਭ ਨਹੀਂ ਰਿਹਾ। ਗਾਣਾ ਬਾਈ ਜਾਨ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਉੱਥੋਂ ਜਾ ਕੇ ਪੂਰਾ ਗਾਣਾ ਸੁਣ ਸਕਦੇ ਹੋ। ਅਤੇ ਮੈਡਮ ਜੀ ਇਸ ਤੋਂ ਇਲਾਵਾ ਇਹ ਦੱਸੋ ਕਿ ਅਗਰ ਤੁਹਾਨੂੰ ਕੋਈ ਬੰਦਾ ਬੁਲਾਉਣਾ ਚਾਹੇ ਤਾਂ, ਉਹ ਮੈਨੂੰ ਲੱਗ ਰਿਹਾ ਕਿ ਮੇਰੇ ਕੁਝ ਦੋਸਤ ਪਰੇਸ਼ਾਨ ਹੈਣ, ਵੇਖ ਰਹੇ ਨੇ ਅਤੇ ਪਰੇਸ਼ਾਨ ਹੋ ਰਹੇ ਨੇ ਕਿ ਪਤਾ ਨਹੀਂ ਮੈਡਮ ਰੀ ਅਸੀਂ ਅਫੋਰਡ ਕਰ ਸਕਾਂਗੇ ਕਿ ਨਹੀਂ ਕਰ ਸਕਾਂਗੇ, ਕਿ ਮੈਡਮ ਰਾਂ ਦੀ ਫੀਸ ਪਤਾ ਨਹੀਂ ਕਿਤਨੀ ਕੁ ਹੋਵੇਗੀ। ਅਤੇ ਉਹ ਮੇਰੇ ਵਿਊਵਰ ਜਿਹੜੇ ਵੇਖ ਰਹੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਆਈਡੀਆ ਦੇ ਦਿਓ ਕਿ ਤੁਹਾਡੀ ਕੋਈ ਫੀਸ ਮਸਲਨ ਜ਼ਿਆਦਾ ਹੈ ਜਾਂ ਨਾਰਮਲ ਹੈ, ਕਿਸ ਤਰ੍ਹਾਂ ਦਾ ਮਤਲਬ ਹੈ ਤੁਸੀਂ ਇਹ ਫੀਸ ਲੈ ਕੇ ਤੇ ਆਉਂਦੇ ਹੋ। ਕਿਸੇ ਮਿਸਾਲ ਦੇ ਤੌਰ 'ਤੇ ਕਿਸੇ ਦੋਸਤ ਦੀ ਸ਼ਾਦੀ ਹੈ ਅਤੇ ਉਹ ਤੁਹਾਨੂੰ ਆਪਣੇ ਸ਼ਾਦੀ ਦੇ ਫੰਕਸ਼ਨ 'ਤੇ ਬੁਲਾਉਣਾ ਚਾਹ ਰਿਹਾ ਤਾਂ ਕਿੰਨੀ ਕੁ ਫੀਸ ਹੋਵੇਗੀ ਤੁਹਾਡੀ? ਵੇਖੋ ਜੀ, ਅਗਰ ਆਪਣੇ ਪਿੰਡੀ ਬੇਟੀਆਂ ਦੇ ਆਉਣ ਤਾਂ ਫਿਰ ਪਿਆਰ ਮੁਹੱਬਤ ਜ਼ਰੂਰ। ਵਾਹ ਜੀ, ਜੇ ਅਗਰ ਪਿੰਡੀ ਬੱਟੀਆਂ ਵਾਲਿਆਂ ਤੁਹਾਡੇ ਵਾਸਤੇ ਖਸੂਸੀ ਡਿਸਕਾਊਂਟ, ਜੇ ਅਗਰ ਬਾਹਰ ਦੇ ਆਉਣ ਤਾਂ ਫਿਰ ਜ਼ਹਿਰ ਜੀ ਗੱਲ ਹੈ, ਮਿਊਜ਼ੀਸ਼ੀਅਨਾਂ ਦਾ ਖਰਚਾ, ਗੱਡੀ ਦਾ ਪੈਟਰੋਲ, ਫਿਰ ਸਿਰਫ ਉਹ ਦੇ ਦੇਣ, ਬਾਕੀ ਮੇਰਾ ਨਸੀਬ। ਵਾਹ ਜੀ ਵਾਹ, ਵੇਖ ਲਓ ਇਤਨਾ ਡਿਸਕਾਊਂਟ ਤਾਂ ਤੁਹਾਨੂੰ ਕਿਸੇ ਜਗ੍ਹਾ ਤੋਂ ਨਹੀਂ ਲੱਭਣਾ ਪਈ ਜਾਣ, ਕਿ ਸਾਨੂੰ ਸਿਰਫ ਆਉਣ ਜਾਣ ਦਾ ਕਿਰਾਇਆ ਅਤੇ ਖਰਚਾ ਸਿਰਫ ਦੇ ਦਿਓ, ਕੋਈ ਲੰਮਾ ਚੌੜਾ ਸਾਡਾ ਜਿਹੜਾ ਨਾ ਉਹ ਮਾਰਜਨ ਨਹੀਂ, ਨਾ ਕੋਈ ਕਿ ਸਾਨੂੰ ਲੱਖ ਰੁਪਈਆ ਐਡਵਾਂਸ ਪੇਮੈਂਟ ਦਿਓਗੇ ਤਾਂ ਤਾਂ ਹੀ ਅਸੀਂ ਤੁਹਾਡੇ ਫੰਕਸ਼ਨ 'ਤੇ ਆਵਾਂਗੇ, ਇਸ ਤਰ੍ਹਾਂ ਦੀ ਗੱਲ ਕੋਈ ਨਹੀਂ। ਸਾਨੂੰ ਖਰਚਾ ਦਿਓਗੇ ਤਾਂ ਅਸੀਂ ਫਿਰ ਵੀ ਤੁਹਾਡੀਆਂ ਖੁਸ਼ੀਆਂ ਨੂੰ ਇਨਸ਼ਾਅੱਲਾ ਚਾਰ ਚਾਂਦ ਲਗਾ ਦਿਆਂਗੇ। ਤੇ ਸਪੈਸ਼ਲ ਪਿੰਡੀ ਬੇਟੀਆਂ ਵਾਸਤੇ ਡਿਸਕਾਊਂਟ ਹੈ ਵੇ, ਕਿ ਉਹ ਅਗਰ ਸੱਦਣਗੇ ਨਾ ਵਾਹ ਜੀ ਅਸੀਂ ਹਾਜ਼ਰ ਹੋ ਜਾਵਾਂਗੇ। ਉਹ ਮਾਸ਼ਾਅੱਲਾ ਪਿੰਡੀ ਬੱਟੀਆਂ ਵਾਲਿਆਂ, ਉਹ ਬੜੇ ਖੁਸ਼ ਨਸੀਬ ਹੋ ਤੁਸੀਂ ਕਿ ਬਗੈਰ ਕਿਸੇ ਵੀ ਕਿਰਾਇਆ ਵਗੈਰਾ ਤੋਂ ਤੁਸੀਂ ਇਨਵਾਈਟ ਕਰਨਾ ਹੈ ਤਾਂ ਮੈਡਮ ਹਰੀ ਤੁਹਾਡੇ ਵਿੱਚ ਨੇ, ਮੌਜੂਦ ਨੇ, ਬਾਦਸ਼ਾਹ ਤੁਹਾਡੇ ਕੋਲ ਫੌਰਨ ਹਾਜ਼ਰ ਹੋ ਜਾ ਸਨ। ਇਸ ਤੋਂ ਵੱਡੀ ਹੋਰ ਡਿਸਕਾਊਂਟ ਵਾਲੀ ਗੱਲ ਮੈਨੂੰ ਨਜ਼ਰ ਕੋਈ ਨਹੀਂ ਆਉਂਦੀ। ਇੱਕ ਵਾਰੀ ਜ਼ਰੂਰ ਜਿਹੜਾ ਨਾ ਇਹ ਤੁਸੀਂ ਇੱਕ ਵਾਰੀ ਅਜ਼ਮਾਇਸ਼ ਦੇ ਦੌਰ 'ਤੇ ਬਾਈ ਜਾਨ ਇੱਕ ਵਾਰੀ ਤੁਸੀਂ ਲਾਜ਼ਮੀ ਇਨਵਾਈਟ ਕਰਕੇ ਵੇਖਣਾ, ਮਜ਼ਾ ਨਾ ਆਏ ਤਾਂ ਇਨਸ਼ਾਅੱਲਾ ਫਿਰ
ਤੁਹਾਨੂੰ ਪੈਸੇ ਪੱਲਿਓ ਮੈਂ ਵਾਪਸ ਦਿਆਂਗਾ, ਹਾਂਜੀ ਠੀਕ ਹੈ? ਇਹ ਲਾਜ਼ਮੀ ਤੁਸੀਂ ਆਪਣੀ ਜਿਹੜੀ ਕੋਈ ਵੀ ਈਵੈਂਟ ਆਉਂਦਾ, ਕੋਈ ਵੀ ਸ਼ਾਦੀ ਵਿਆਹ ਦਾ ਫੰਕਸ਼ਨ ਆਉਂਦਾ ਤਾਂ ਤੁਸੀਂ ਇਨਵਾਈਟ ਕਰਨਾ ਇਨਸ਼ਾਅੱਲਾ ਲਾਜ਼ਮੀ, ਅਤੇ ਮਜ਼ੇ ਲੈਣੇ ਨੇ, ਅਤੇ ਖਰਚਾ ਬਈ ਪਿੰਡੀ ਬੱਟੀਆਂ ਵਾਲਿਆਂ ਵਾਸਤੇ ਖਸੂਸੀ ਡਿਸਕਾਊਂਟ, ਉਹਨਾਂ ਵਾਸਤੇ ਕੋਈ ਖਰਚਾ ਨਹੀਂ। ਆਊਟਡੋਰ ਮਿਸਾਲ ਦੇ ਤੌਰ 'ਤੇ ਕੋਈ ਦੋਸਤ ਫੈਸਲਾਬਾਦ ਤੋਂ, ਚਨਿਓੜ ਤੋਂ, ਲਾਹੌਰ ਤੋਂ, ਕਿਸੇ ਵੀ ਸ਼ਹਿਰ ਤੋਂ ਬੁਲਾ ਰਿਹਾ, ਅਤੇ ਉਹਨਾਂ ਵਾਸਤੇ ਬਈ ਸਿਰਫ ਕਿਰਾਇਆ ਖਰਚਾ ਹੀ ਹੈ, ਜੋ ਖਰਚਾ ਉਹੀ ਤੁਹਾਨੂੰ ਪਵੇਗਾ, ਕੋਈ ਡਿਮਾਂਡ ਨਹੀਂ, ਕੋਈ ਕੁਛ ਨਹੀਂ। ਅਤੇ ਤੁਸੀਂ ਇਹ ਇਹਨਾਂ ਨੂੰ ਵੈਸੇ ਯੂਟਿਊਬ 'ਤੇ ਜਾਂ ਸੋਸ਼ਲ ਮੀਡੀਆ 'ਤੇ ਮਾਸ਼ਾਅੱਲਾ ਅੱਗੇ ਵੇਖਦੇ ਵੀ ਰਹਿੰਦੇ ਹੋ, ਲਾਈਵ ਵੇਖੋਗੇ ਤਾਂ ਥੋੜ੍ਹਾ ਜਿਹਾ ਉਸਦਾ ਆਪਣਾ ਇੱਕ ਹੋਰ ਹੀ ਨਜ਼ਾਰਾ ਹੈ। ਅਤੇ ਹਾਂਜੀ, ਅਤੇ ਹੁਣ ਸਪੈਸ਼ਲ ਇੱਕ ਸੌਂਗ ਮੈਡਮ ਨੂਰ ਜਾਂਦਾ ਪਿੰਡੀ ਬੱਟੀਆਂ ਵਾਲੇ ਵਾਸਤੇ, ਪਿੰਡੀ ਬੱਟੀਆਂ ਵਾਲਿਆਂ ਠੀਕ ਵਾਸਤੇ ਹੈ, ਸਪੈਸ਼ਲੀ ਗਿਫਟ ਤੌਰ 'ਤੇ। ਮੇਰੇ ਦਿਲ ਦੇ ਸ਼ੀਸ਼ੇ ਵਿੱਚ ਸਜਣਾ ਪਈ ਸਜਦੀਏ ਤਸਵੀਰ ਤੇਰੀ, ਮੇਰੇ ਦਿਲ ਦੇ ਸ਼ੀਸ਼ੇ ਵਿੱਚ ਸਜਣਾ ਤੈਨੂੰ ਮਹਿਰਮ ਦਿਲ ਦਾ ਦਿਲ ਦਾ ਸਜਣਾ ਪਈ ਸਜਦੀਏ ਤਸਵੀਰ ਤੇਰੀ, ਮੇਰੇ ਦਿਲ ਦੇ ਸ਼ੀਸ਼ੇ ਵਿੱਚ ਸਜਣਾ ਹਾ। ਮਾਸ਼ਾਅੱਲਾ ਜੀ, ਇਹ ਪਿੰਡੀ ਬੱਟੀਆਂ ਵਾਸਤੇ ਖਸੂਸੀ ਗਾਣਾ ਸੀ ਬਈ ਜਾਨ, ਥੋੜ੍ਹਾ ਜਿਹਾ ਲਾਈਕ ਅਤੇ ਫਾਲੋ ਕਰਕੇ ਜ਼ਰੂਰ ਜਾਣਾ ਪਿੰਡੀ ਬੱਟੀਆਂ ਵਾਲਿਆਂ, ਉਹ ਵੇਖੋ ਇਤਨੀਆਂ ਮੁਹੱਬਤਾਂ ਤੁਹਾਨੂੰ ਬਾਅਦ ਸਪੈਸ਼ਲੀ ਮੁਹੱਬਤਾਂ ਡਿਸਕਾਊਂਟ 'ਚ ਲੱਭ ਰਹੀਆਂ ਨੇ। ਅਤੇ ਇਹ ਤੁਸੀਂ ਜਿਹੜਾ ਨਾ ਸਾਨੂੰ ਕਮੈਂਟਸ 'ਚ ਲਾਜ਼ਮੀ ਦੱਸਣਾ ਹੈ, ਅਤੇ ਨਾਲ ਹੀ ਇਹ ਸਕਰੀਨ 'ਤੇ ਮੈਡਮ ਹਰੀ ਦਾ ਨੰਬਰ ਆ ਰਿਹਾ ਵੇ, ਅਗਰ ਕੋਈ ਦੋਸਤ ਮੈਡਮ ਹਰਾਂ ਨੂੰ ਆਪਣੇ ਕਿਸੇ ਵੀ ਫੰਕਸ਼ਨ 'ਤੇ ਬੁਲਾਉਣਾ ਚਾਹੁੰਦਾ ਹੈ, ਤਾਂ ਬਈ ਇਹ ਨੰਬਰ ਇਹਨਾਂ ਦਾ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ, ਤੁਸੀਂ ਇਸ ਨੰਬਰ ਨੂੰ ਡਾਇਲ ਕਰਕੇ ਅਤੇ ਮੈਡਮ ਹਰਾਂ ਨੂੰ ਬਿਲਕੁਲ ਆਪਣੇ ਫੰਕਸ਼ਨ 'ਤੇ ਬੁਲਾ ਸਕਦੇ ਹੋ। ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ, ਇਨਸ਼ਾਅੱਲਾ ਤੁਸੀਂ ਮੁਹੱਬਤਾਂ ਦਿਓਗੇ ਅਤੇ ਮੈਡਮ ਹਰੀ ਤੁਹਾਡੇ ਵਿੱਚ ਮੌਜੂਦ ਹੋਣਗੇ। ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ, ਅੱਲਾ ਨਿਗਹਿਬਾਨ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ।